ਸਾਧ ਸੰਗਤ ਜੀ, ਧੰਨ ਗੁਰੂ ਗੋਬਿੰਦ ਸਿੰਘ ਜੀ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਵੋ ਔਰ ਇੱਦਾਂ ਦੀਆਂ ਧਾਰਮਿਕ ਵੀਡੀਓ ਹਰ ਰੋਜ਼ ਵੇਖਣ ਦੇ ਲਈ ਬੈੱਲ ਆਈਕਨ ਨੂੰ ਜ਼ਰੂਰ ਪ੍ਰੈਸ ਕਰ ਲਿਓ ਔਰ ਪਿਆਰਿਓ, ਲਾਈਕ ਕਮੈਂਟ ਕਰਕੇ ਆਪਣਾ ਪਿਆਰ ਜ਼ਰੂਰ ਬਖਸ਼ਿਸ਼ ਕਰਿਓ। ਸੋ ਅੱਜ ਦਾ ਜਿਹੜਾ ਕਨਸੈਪਟ ਹੈ ਉਹ ਬੜੇ ਵੀਰ ਭੈਣ ਜਿਹੜੇ ਸਵਾਲ ਕਰਦੇ ਨੇ ਉਹਨਾਂ ਦੇ ਮਨ ਵਿੱਚ ਤੀਬਰ ਇੱਛਾ ਜਾਗਦੀ ਹੈ। ਉਹ ਤੀਬਰ ਇੱਛਾ ਕਿਸ ਗੱਲ ਦੀ ਹੁੰਦੀ ਹੈ? ਉਹ ਇਸ ਗੱਲ ਦੀ ਹੁੰਦੀ ਹੈ ਕਿਉਂਕਿ ਜਦੋਂ ਵੀ ਆਪਾਂ ਅੰਮ੍ਰਿਤਸਰ ਸਾਹਿਬ ਜਾਂਦੇ ਹਾਂ ਉੱਥੇ ਆਪਾਂ ਦਰਸ਼ਨ ਕਰਦੇ ਹਾਂ ਅਤੇ ਉੱਥੇ ਦਰਸ਼ਨ ਕਰਦਿਆਂ ਸਾਰ ਆਪਣਾ ਜਿਹੜਾ ਧਿਆਨ ਹੈ ਉਹ ਪਾਤਸ਼ਾਹੀਆਂ ਵੱਲ ਜਾਂਦਾ ਹੈ। ਉਹ ਪਾਤਸ਼ਾਹੀਆਂ ਵੱਲ ਕਿਉਂ ਜਾਂਦਾ ਹੈ ਉਹਦਾ ਮੈਂ ਕਾਰਨ ਵੀ ਦੱਸਦੇ ਹਾਂ, ਕਿਉਂਕਿ ਆਪਣੇ ਮਨ ਵਿੱਚ ਸਵਾਲ ਜਿਹੜਾ ਹੈ ਉਹ ਉਤਪੰਨ ਹੁੰਦਾ ਹੈ। ਉਹ ਕਿਉਂ ਹੁੰਦਾ? ਨੌ ਪਾਤਸ਼ਾਹੀਆਂ ਦਾ ਇਤਿਹਾਸ ਆਪਾਂ ਜਾਣਦੇ ਹਾਂ, ਦਸਵੇਂ ਪਾਤਸ਼ਾਹ ਦਾ ਇਤਿਹਾਸ ਵੀ ਆਪਾਂ ਬਾਖੂਬੀ ਪੜ੍ਹਿਆ ਹੈ, ਪਰ ਉੱਥੇ ਸਵਾਲ ਮਨ ਵਿੱਚ ਇਹ ਪੈਦਾ ਹੋ ਜਾਂਦਾ ਹੈ ਕਿਉਂਕਿ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਅੰਮ੍ਰਿਤਸਰ ਕਿਉਂ ਨਹੀਂ ਗਏ? ਕਿਉਂ ਨਹੀਂ ਗਏ ਉੱਥੇ ਅੰਮ੍ਰਿਤਸਰ? ਉਹਨਾਂ ਨੇ ਜਾ ਕੇ ਕਿਉਂ ਨਹੀਂ ਚਰਨ ਪਾਏ? ਇਸ ਗੱਲ ਦਾ ਸਵਾਲ ਬੜਾ ਵੱਡਾ ਹੈ। ਬੜੇ ਵੀਰ ਭੈਣ ਔਰ ਸੰਗਤਾਂ ਇਸ ਚੀਜ਼ ਦਾ ਸਵਾਲ ਕਰਦੀਆਂ ਨੇ ਅਤੇ ਇਸ ਚੀਜ਼ ਦੇ ਹਿਸਾਬ ਨਾਲ ਇਹ ਚੀਜ਼ ਦਾ ਜਿਹੜਾ ਸਵਾਲ ਹੈ ਉਹ ਕਰਨਾ ਬਿਲਕੁਲ ਬਣਦਾ ਵੀ ਹੈ, ਕਿਉਂਕਿ ਜਿਹੜੀ ਨਵੀਂ ਪੀੜ੍ਹੀ ਹੈ ਉਹਨਾਂ ਨੇ ਇਤਿਹਾਸ ਬਹੁਤ ਘੱਟ ਪੜ੍ਹਿਆ ਹੈ। ਸੋ ਪਿਆਰਿਓ, ਹੁਣ ਇਸ ਚੀਜ਼ ਨੂੰ ਸਮਝਿਓ। ਪਹਿਲਾਂ ਤਾਂ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਬਾਰੇ ਆਪਾਂ ਨੂੰ ਜਾਣਨਾ ਪਏਗਾ। ਹੁਣ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਨੌਵੇਂ ਪਾਤਸ਼ਾਹ ਅਤੇ ਉਹਨਾਂ ਦੇ ਪੁੱਤਰ ਨੇ ਅੱਗੇ ਗੁਰੂ ਗੋਬਿੰਦ ਸਿੰਘ ਜੀ। ਹੁਣ ਪਹਿਲਾਂ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਅੰਮ੍ਰਿਤਸਰ ਪਹੁੰਚੇ ਸਨ, ਦੇਖੋ ਸੰਖੇਪ ਬੇਨਤੀ ਕਰ ਰਹੇ ਹਾਂ, ਫਿਰ ਤੋਂ ਅਰਜ਼ ਕਰਦੇ ਹਾਂ। ਹੁਣ ਉੱਥੇ ਜਦੋਂ ਅੰਮ੍ਰਿਤਸਰ ਗਏ ਉਹਨਾਂ ਲੋਕਾਂ ਨੂੰ ਜਿਹੜੇ ਈਰ ਖਾਲੂ ਸੀ ਔਰ ਗੁਰੂ ਨੂੰ ਨਾ ਮੰਨਣ ਵਾਲੇ, ਉਹਨਾਂ ਲੋਕਾਂ ਨੂੰ ਜਦੋਂ ਪਤਾ ਲੱਗਿਆ ਕਿ ਗੁਰੂ ਤੇਗ ਬਹਾਦਰ ਸਾਹਿਬ ਆਏ ਨੇ, ਉਹਨਾਂ ਲੋਕਾਂ ਨੂੰ ਸ਼ਾਇਦ ਲੱਗਿਆ ਕਿ ਇਹ ਤਾਂ ਦਰਬਾਰ ਸਾਹਿਬ 'ਤੇ ਕਬਜ਼ਾ ਕਰ ਲੈਣਗੇ, ਇਹਨਾਂ ਲੋਕਾਂ ਕੋਲ ਤਾਂ ਇੰਨਾ ਧਨ ਹੈ ਕਿ ਇਹ ਤਾਂ ਜੀ ਸਾਰਾ ਧਨ ਇਕੱਠਾ ਕਰ ਲੈਣਗੇ ਜੀ, ਇਹਨਾਂ ਲੋਕਾਂ ਨੇ ਇੱਥੋਂ ਹੀ ਕਾਬਜ ਹੋ ਕੇ ਬਹਿ ਜਾਣਾ ਹੈ। ਉਹਨਾਂ ਲੋਕਾਂ ਨੂੰ ਇੱਦਾਂ ਲੱਗਿਆ, ਆਪਣੀਆਂ ਜਿਹੜੀਆਂ ਫੋਕੀਆਂ ਰਾਜ ਸ਼ੌਹਰਤਾਂ ਸੀ ਉਹਨਾਂ ਨੂੰ ਖੁੱਸਣ ਦਾ ਡਰ ਸਤਾਉਣ ਲੱਗਿਆ ਅਤੇ ਉਹਨਾਂ ਲੋਕਾਂ ਨੇ ਗੁਰੂ ਤੇਗ ਬਹਾਦਰ ਸਾਹਿਬ ਦੇ ਲਈ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਦਰਵਾਜ਼ੇ ਵੀ ਬੰਦ ਕਰ ਦਿੱਤੇ ਸਨ। ਕਵੀ ਸੰਤੋਖ ਸਿੰਘ ਜੀ ਨੇ ਇਸ ਦਾ ਜ਼ਿਕਰ ਕੀਤਾ ਹੈ ਅਤੇ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਉੱਥੇ ਹੀ ਬਾਹਰੋਂ ਹੀ ਪਰਿਕਰਮਾ ਕਰਕੇ ਉੱਥੇ ਉਸੇ ਅਸਥਾਨ 'ਤੇ ਪਰਿਕਰਮਾ ਕਰਕੇ ਬਾਹਰੋਂ ਹੀ ਜਦੋਂ ਇਹਨਾਂ ਲੋਕਾਂ ਨੇ ਮਸੰਦਾਂ ਨੇ ਦਰਸ਼ਨ ਨਾ ਹੋਣ ਦਿੱਤੇ, ਕੁਝ ਹੰਕਾਰੀ ਤੀਬਰ ਚੌਧਰ ਘੜਮ ਚੌਧਰੀਆਂ ਨੇ ਇਹ ਤੀਬਰ ਇੱਛਾ ਸਤਿਗੁਰੂ ਦੀ ਨਾ ਪੂਰਨ ਹੋਣ ਦਿੱਤੀ, ਮੇਰੇ ਸਤਿਗੁਰੂ ਉੱਥੇ ਹੀ ਹਾਜ਼ਰ ਨਾਜ਼ਰ ਸਮਝ ਕੇ ਅਰਦਾਸ ਕਰਕੇ ਮੇਰੇ ਸਤਿਗੁਰੂ ਉਸੇ ਅਸਥਾਨ ਤੋਂ ਕੁਝ ਜਰਾ ਹਟ ਕੇ ਵਾਪਸ ਆਣ ਕੇ ਬੈਠ ਗਏ। ਅਤੇ ਪਿਆਰਿਓ, ਹੁਣ ਧਿਆਨ ਨਾਲ ਦੇਖਿਓ, ਹੁਣ ਇਹਨਾਂ ਲੋਕਾਂ ਨੇ ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਨੂੰ, ਜਦਕਿ ਗੁਰੂ ਨੇ ਉਹਨਾਂ ਨੇ ਗੁਰੂ ਸਾਹਿਬ ਨੂੰ ਵੀ ਨਹੀਂ ਬਖਸ਼ਿਸ਼ ਕੀਤਾ, ਜਿਹੜੇ ਹੰਕਾਰੀ ਸੀ ਗੱਲ ਉਹਨਾਂ ਦੀ ਨਹੀਂ। ਹੁਣ ਇੱਥੇ ਕਈ ਵਾਰ ਇਹ ਸਵਾਲ ਵੀ ਉਤਪੰਨ ਹੋ ਜਾਂਦਾ ਹੈ ਕਿ ਇਹ ਜੀ ਮਾਝੇ ਦੇ ਲੋਕਾਂ ਨੂੰ ਟਾਰਗੇਟ ਕਰ ਰਹੇ ਨੇ। ਨਹੀਂ, ਮਾਝੇ ਦੇ ਲੋਕਾਂ ਵੱਲ ਇਸ਼ਾਰਾ ਨਹੀਂ, ਪਰ ਉੱਥੋਂ ਦੇ ਰਹਿਣ ਵਾਲੇ ਕੁਝ ਹੰਕਾਰੀ ਲੋਕਾਂ ਨੇ, ਕੁਝ ਮਸੰਦਾਂ ਨੇ, ਜਿਹੜੇ ਲੋਕ ਆਪਣੇ ਆਪ ਨੂੰ ਬਹੁਤ ਵੱਡੇ ਪੁਜਾਰੀ ਸਮਝਦੇ ਸਨ
ਜਿਨ੍ਹਾਂ ਨੂੰ ਇਹ ਭੁਲੇਖਾ ਸੀ ਕਿ ਇਹ ਸਭ ਕੁਝ ਸਾਡੇ ਹੀ ਜਿਹੜਾ ਸਿਰ 'ਤੇ ਚੱਲ ਰਿਹਾ ਹੈ। ਉਹਨਾਂ ਲੋਕਾਂ ਨੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਨੂੰ ਦਰਸ਼ਨ ਨਹੀਂ ਕਰ ਦਿੱਤੇ। ਉੱਥੇ ਗੁਰੂ ਤੇਗ ਬਹਾਦਰ ਸਾਹਿਬ ਦੇ ਚਰਨ ਪਏ ਜ਼ਰੂਰ ਨੇ, ਉਹ ਧਰਤੀ ਸਤਿਕਾਰਯੋਗ ਹੈ, ਪਰ ਉੱਥੋਂ ਦੇ ਲੋਕ ਸਾਰੇ ਮਾੜੇ ਨਹੀਂ ਹਨ। ਉਹ ਸਮੇਂ ਕੁਝ ਲੋਕ ਮਾੜੇ ਸਨ, ਉਹਨਾਂ ਦਾ ਜ਼ਿਕਰ ਇੱਥੇ ਮੈਂ ਕਰਦਾ ਪਿਆ ਹਾਂ, ਕੁਝ ਅੱਜ ਵੀ ਨੇ। ਖੈਰ, ਇੱਥੋਂ ਜਿਹੜਾ ਵਿਸ਼ਾ ਆਪਣਾ ਦੂਰ ਹੋ ਜਾਣਾ ਹੈ ਅਤੇ ਬੇਨਤੀ ਆਪਾਂ ਕਰ ਰਹੇ ਸੀ, ਜਿਹੜੇ ਸਿਆਣੇ ਲੋਕ ਸੀ, ਕੁਝ ਸਿਆਣੇ ਬੰਦੇ ਸੀ ਮੋਹਤਬਾਰ, ਉਹਨਾਂ ਨੂੰ ਜਦੋਂ ਪਤਾ ਲੱਗਿਆ ਕਿ ਤੀਰਥਾਂ ਦਾ ਭ੍ਰਮਣ ਕਰਨ ਆਏ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਨੂੰ ਦਰਸ਼ਨ ਕਰਨ ਤੋਂ ਰੋਕਿਆ ਗਿਆ, ਅਤੇ ਮੇਰੇ ਸਤਿਗੁਰੂ ਫਿਰ ਉੱਥੇ ਪਿੰਡ ਜਿਹੜਾ ਜਿਹਦਾ ਨਾਮ ਇਤਿਹਾਸ ਵਿੱਚ ਆਉਂਦਾ ਹੈ, ਸ਼ਾਇਦ ਮੇਰੇ ਖਿਆਲ ਵਿੱਚ ਬੱਲਾ ਪਿੰਡ ਕਰਕੇ ਆਉਂਦਾ ਜੇ ਮੈਂ ਭੁੱਲਦਾ ਨਹੀਂ, ਅੰਮ੍ਰਿਤਸਰ ਦੀ ਧਰਤੀ ਤੋਂ ਕੁਝ ਸੰਗਤੀ ਰੂਪ ਹੋ ਕੇ ਸੱਜਣ ਗਏ, ਕੁਝ ਬੀਬੀਆਂ ਨਾਲ ਗਈਆਂ, ਅਤੇ ਮੇਰੇ ਸਤਿਗੁਰੂ ਦੀ ਜਾ ਕੇ ਉਸ ਬੱਲੇ ਪਿੰਡ ਵਿੱਚ ਸੇਵਾ ਕੀਤੀ। ਅੰਮ੍ਰਿਤਸਰ ਕਹਿੰਦੇ ਸਤਿਗੁਰੂ ਤੁਹਾਨੂੰ ਜਾਣ ਨਹੀਂ ਦਿੱਤਾ, ਬੜਾ ਅਫਸੋਸ ਲੱਗਿਆ। ਮੇਰੇ ਸਤਿਗੁਰੂ ਕਹਿੰਦੇ ਕੋਈ ਗੱਲ ਨਹੀਂ। ਖੈਰ, ਇਹ ਸੀ ਇੱਕ ਪੱਖ। ਠੀਕ ਹੈ, ਇੱਥੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਨਹੀਂ ਜਾਣ ਦਿੱਤਾ, ਪਰ ਸਤਿਗੁਰੂ ਉੱਥੇ ਚਰਨ ਜ਼ਰੂਰ ਪਾ ਕੇ ਆਏ ਨੇ, ਭਾਵੇਂ ਦਰਬਾਰ ਸਾਹਿਬ ਨਹੀਂ ਜਾਣ ਦਿੱਤਾ ਇਤਿਹਾਸਕਾਰਾਂ ਦੇ ਕਥਨ ਦੇ ਮੁਤਾਬਕ। ਸੋ ਪਿਆਰਿਓ, ਇੱਥੇ ਹੁਣ ਆਪਾਂ ਦੇਖਾਂਗੇ ਦੂਸਰਾ ਪੱਖ। ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਨੇ ਉੱਥੇ ਵਰ ਵੀ ਦਿੱਤਾ, ਮਾਈਆਂ ਰੱਬ ਰਜਾਈਆਂ ਦਾ ਵਰ ਉੱਥੇ ਬੀਬੀਆਂ ਨੂੰ ਮਿਲਿਆ। ਹੁਣ ਇੱਥੇ ਦਸਵੇਂ ਪਾਤਸ਼ਾਹ ਵੱਲ ਆਪਣੀ ਸੁਰਤ ਨੂੰ ਤੋਰੀਏ। ਆਪਣਾ ਸਵਾਲ ਕੀ ਸੀ ਕਿ ਗੁਰੂ ਗੋਬਿੰਦ ਸਿੰਘ ਜੀ ਅੰਮ੍ਰਿਤਸਰ ਕਿਉਂ ਨਹੀਂ ਗਏ? ਹੁਣ ਇੱਥੇ ਧਿਆਨ ਨਾਲ ਸੁਣ ਲਿਓ, ਹੁਣ ਸੰਖੇਪ ਵਿਚਾਰ ਆਪਾਂ ਦਸਵੇਂ ਪਾਤਸ਼ਾਹ 'ਤੇ ਵੀ ਕਰਾਂਗੇ। ਹੁਣ ਦਸਵੇਂ ਪਾਤਸ਼ਾਹ ਅਨੰਦਪੁਰ ਸਾਹਿਬ, ਉਸ ਤੋਂ ਪਹਿਲਾਂ ਪਟਨਾ ਸਾਹਿਬ ਉਹਨਾਂ ਦਾ ਜਨਮ ਹੁੰਦਾ ਹੈ, ਉਹ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ। ਪਟਨਾ ਸਾਹਿਬ ਉਹਨਾਂ ਦਾ ਜਨਮ ਹੁੰਦਾ ਹੈ, ਅਤੇ ਪਿਆਰਿਓ, ਪਟਨਾ ਸਾਹਿਬ ਤੋਂ ਬਾਅਦ ਇਤਿਹਾਸਕਾਰਾਂ ਨੇ ਲਿਖਿਆ ਕਿ ਕੁਝ ਅਵਸਥਾ ਨਿਆਣੀ ਹੈ, 6-7 ਵਰਿਆਂ ਦੀ ਉਹਨਾਂ ਨੇ ਉਮਰ ਦਾ ਜਿਹੜਾ ਤਕਾਜ਼ਾ ਦੱਸਿਆ ਹੈ ਕਿ ਸਤਿਗੁਰੂ ਪਟਨਾ ਸਾਹਿਬ ਦੀ ਧਰਤੀ ਤੋਂ ਚੱਲ ਕੇ ਜਦੋਂ ਅਨੰਦਪੁਰ ਸਾਹਿਬ ਆਏ। ਦੇਖੋ, ਅਨੰਦਪੁਰ ਸਾਹਿਬ ਆ ਕੇ ਉਹਨਾਂ ਨੇ ਸਮਾਂ ਅਜ਼ਾਈ ਨਹੀਂ ਖਰਾਬ ਕੀਤਾ, ਉੱਥੇ ਉਹਨਾਂ ਨੇ ਅਨੇਕ ਭਾਸ਼ਾ ਦਾ ਗਿਆਤ ਵੀ ਕੀਤਾ, ਔਰ ਸ਼ਸਤਰ ਵਿੱਦਿਆ ਦੀ ਜਿਹੜੀ ਵਿੱਦਿਆ ਸੀ ਉਸ ਦੇ ਵਿੱਚ ਵੀ ਉਹਨਾਂ ਨੇ ਨਿਪੁੰਨਤਾ ਹਾਸਲ ਕੀਤੀ। ਹੁਣ ਇੱਥੇ ਬੇਨਤੀ ਮੈਂ ਜਿਹੜੀ ਕਰ ਰਿਹਾ ਕਿ ਉਹਨਾਂ ਦਾ ਜਿਹੜਾ ਜਨਮ ਪਟਨਾ ਸਾਹਿਬ ਹੋਇਆ, ਕੁਝ ਕੁ ਜਿਹੜਾ ਸਮਾਂ ਸੀ ਉਹਨਾਂ ਦਾ ਉੱਥੇ ਤਕਰੀਬਨ ਅਨੰਦਪੁਰ ਸਾਹਿਬ ਵਿੱਚ ਬੀਤਿਆ। ਅਨੰਦਪੁਰ ਸਾਹਿਬ ਦੇ ਵਿੱਚ ਰਹਿੰਦਿਆਂ ਹੋਇਆਂ ਹੀ ਇੱਧਰੋਂ ਹਕੂਮਤ ਦੇ ਤੇਵਰ ਬਦਲੇ ਅਤੇ ਔਰੰਗਜ਼ੇਬ ਪਾਤਸ਼ਾਹ ਨੇ ਉਹ ਬਾਅਦ ਵਿੱਚ ਜਿਹੜਾ ਉਹਨਾਂ ਦੇ ਉੱਪਰ ਹਮਲਾ ਕਰਵਾ ਦਿੱਤਾ। ਇੱਧਰੋਂ ਵਜ਼ੀਰ ਖਾਂ ਵਰਗਿਆਂ ਨੇ ਈਰਖਾ ਕਰਨੀ ਸ਼ੁਰੂ ਕਰ ਦਿੱਤੀ। ਪਹਾੜੀ ਰਾਜਿਆਂ ਨੇ ਉਹਨਾਂ ਲੋਕਾਂ ਨੂੰ ਕਹਿ ਕੇ ਅਨੰਦਪੁਰ ਸਾਹਿਬ ਨੂੰ ਖਾਲੀ ਕਰਵਾਉਣ ਦਾ ਜਿਹੜਾ ਮਤਾ ਪਾਸ ਕਰਵਾ ਲਿਆ। ਔਰ ਅੰਮ੍ਰਿਤਸਰ ਸਤਿਗੁਰੂ ਕਿਉਂ ਨਹੀਂ ਗਏ? ਹੁਣ ਇਸ ਦਾ ਜਵਾਬ ਜਰਾ ਗੌਰ ਨਾਲ ਸੁਣ ਲਿਓ। ਜਿਸ ਵੇਲੇ ਧੰਨ ਗੁਰੂ ਗੋਬਿੰਦ ਸਿੰਘ ਜੀ ਸਨ, ਉਸ ਵੇਲੇ ਅੰਮ੍ਰਿਤਸਰ ਦਾ ਪ੍ਰਬੰਧ ਪ੍ਰਿਥੀ ਚੰਦ ਔਰ ਮੀਣੇ ਵਰਗੇ ਮਸੰਦਾਂ ਦੇ ਕੋਲ ਸੀ। ਜਦੋਂ ਨਿਸ਼ਾਨਾ ਵੱਡਾ ਹੋਵੇ ਅਤੇ ਉਹਨਾਂ ਨੇ ਪੂਰੀ ਹਕੂਮਤ ਨਾਲ ਟੱਕਰ ਲਈ ਹੋਵੇ ਅਤੇ ਉੱਥੇ ਆਪਣੇ ਘਰ ਦੇ ਵਿੱਚ ਨਿਸ਼ਾਨੇ ਉਲਝ ਕੇ, ਅਤੇ ਉਹ ਸਹੀ ਮੈਨਿਆਂ ਵਿੱਚ ਨਿਸ਼ਾਨੇ ਹਕੂਮਤ ਦੇ ਸੀਨੇ ਵਿੱਚ ਨਹੀਂ ਵੱਜ ਸਕਦੇ, ਉੱਥੇ ਸਤਿਗੁਰੂ ਨੇ ਇਹ ਮੁਨਾਸਿਬ ਸਮਝਿਆ ਕਿ ਇਹਨਾਂ ਲੋਕਾਂ ਨੂੰ ਛੇੜਨਾ ਬਿਲਕੁਲ ਨਹੀਂ, ਕਿਉਂਕਿ ਉਹਨਾਂ ਦਾ ਧਿਆਨ ਹਕੂਮਤ ਵੱਲ ਸੀ। ਜਿੱਥੇ ਘਰਾਂ ਦੇ ਰਿਸ਼ਤਿਆਂ ਵਿੱਚ ਪਾਟੋ ਤਾੜ ਆ ਜਾਂਦੀ ਹੈ, ਉੱਥੇ ਵੱਡੇ ਵੱਡੇ ਨਿਸ਼ਾਨੇ ਖੁੰਝ ਜਾਂਦੇ ਨੇ। ਪਿਆਰਿਓ, ਉੱਥੇ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੂੰ ਪਤਾ ਹੈ ਕਿ ਮੇਰੀ
ਅਤੇ ਮੇਤੋਂ ਪਹਿਲਾਂ ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਪਿਤਾ ਗੁਰੂ ਦੀ ਜਿਹੜੀ ਟੱਕਰ ਹੈ ਉਹ ਪੂਰੀ ਹਕੂਮਤ ਨਾਲ ਹੈ। ਕਿਉਂਕਿ ਜਿੱਥੇ ਹਕੂਮਤ ਨਾਲ ਟੱਕਰ ਹੈ, ਜੇ ਇੱਕ ਆਮ ਘਰੇਲੂ ਲੜਾਈ ਵਿੱਚ ਉਲਝ ਕੇ ਰਹਿ ਗਏ ਤਾਂ ਫਿਰ ਉੱਥੇ ਜਿਹੜੀ ਬਾਦਸ਼ਾਹ ਨਾਲ ਟੱਕਰ ਹੈ, ਪੂਰੇ ਮੁਲਕ ਦੀ ਜਿਹੜੀ ਲੜਾਈ ਹੈ ਉਹ ਲੜੀ ਨਹੀਂ ਜਾ ਸਕਦੀ ਜੇ ਆਪਣੀਆਂ ਘਰੇਲੂ ਲੜਾਈਆਂ ਵਿੱਚ ਹੀ ਉਲਝ ਕੇ ਰਹਿ ਗਏ। ਉੱਥੇ ਤਕਰੀਬਨ ਇਹ ਮਿਥਿਆ ਗਿਆ ਸੀ ਕਿ ਆਪਾਂ ਇਹਨਾਂ ਲੋਕਾਂ ਨੂੰ ਉਲਝਣਾ ਨਹੀਂ ਹੈ, ਅੰਮ੍ਰਿਤਸਰ ਜਾਵਾਂਗੇ ਤਾਂ ਇਹ ਲੋਕ ਫਿਰ ਪਿਤਾ ਗੁਰੂ ਵਾਂਗ ਨਿਰਾਦਰ ਕਰਨਗੇ। ਇਹਨਾਂ ਲੋਕਾਂ ਨੂੰ ਲੱਗਣਾ ਵੀ ਸ਼ਾਇਦ ਕਿਤੇ ਅੰਮ੍ਰਿਤਸਰ 'ਤੇ ਕਬਜ਼ਾ ਕਰਨ ਆਏ ਨੇ, ਕਿਤੇ ਇੱਥੇ ਹੀ ਆ ਕੇ ਨਾ ਇਹ ਬੈਠ ਜਾਣ। ਜੇ ਕਿਤੇ ਅੰਮ੍ਰਿਤਸਰ ਵੱਲ ਧਿਆਨ ਹੋ ਗਿਆ ਜਾਂ ਉੱਧਰ ਚਲੇ ਗਏ, ਇੱਧਰੋਂ ਹਕੂਮਤ ਜਿਹੜੀ ਹੈ ਕਾਬਜ਼ ਹੋ ਕੇ ਪੂਰੇ ਹਿੰਦੁਸਤਾਨ ਨੂੰ ਆਪਣਾ ਗੁਲਾਮ ਬਣਾ ਲਏਗੀ। ਜੇ ਕਿਤੇ ਇਹ ਧਿਆਨ ਇੱਧਰੋਂ ਹਟ ਗਿਆ, ਉਦੋਂ ਟੈਕਨੋਲੋਜੀ ਨਹੀਂ ਸੀ, ਉਦੋਂ ਤਕਰੀਬਨ ਕਈ ਕਈ ਮਹੀਨਿਆਂ ਦਾ ਸਮਾਂ ਲੱਗ ਜਾਂਦਾ ਸੀ ਜਦੋਂ ਲੰਬਾ ਸਫ਼ਰ ਤੈਅ ਕਰਨਾ ਹੁੰਦਾ ਸੀ। ਅੱਜ ਤਕਰੀਬਨ ਆਪਣੇ ਕੋਲ ਟੈਕਨੋਲੋਜੀ ਹੈ, ਆਪਾਂ ਕਈ ਵਰ੍ਹਿਆਂ ਦਾ ਸਫ਼ਰ ਜਿਹੜਾ ਹੈ, ਜਿਹੜਾ ਤੁਰ ਕੇ ਆਪਾਂ ਤੈਅ ਕਰਨੇ ਹਾਂ, ਉਹ ਸਫ਼ਰ ਆਪਾਂ ਕੁਝ ਘੰਟਿਆਂ ਵਿੱਚ ਆਪਾਂ ਅੱਜ ਕਰ ਸਕਦੇ ਹਾਂ। ਆਪਣੇ ਕੋਲ ਟੈਕਨੋਲੋਜੀ ਹੈ, ਵਾਹਨ ਨੇ, ਸਾਧਨ ਨੇ। ਬੇਨਤੀ ਤਾਂ ਕਰ ਰਹੇ ਹਾਂ ਕਿਉਂਕਿ ਉਸ ਵੇਲੇ ਜੋ ਨਿਸ਼ਾਨਾ ਸੀ ਉਹ ਲੋਕਾਂ, ਜਿਹੜੇ ਦੱਬੇ ਕੁਚਲੇ ਲੋਕ ਸੀ, ਦਲਿਤ ਲੋਕ ਸੀ, ਉਹਨਾਂ ਲੋਕਾਂ ਨੂੰ ਜ਼ੁਲਮਾਂ ਤੋਂ ਆਜ਼ਾਦ ਕਰਵਾਉਣਾ ਸੀ, ਜੋ ਕਿ ਦਿੱਲੀ ਦੇ ਤਖ਼ਤ 'ਤੇ ਇੱਕ ਉਹ ਬਹੁਤ ਵੱਡਾ ਹੁਕਮਰਾਨ ਬੈਠਾ ਹੋਇਆ ਸੀ ਜੋ ਲੋਕਾਂ ਦੇ ਉੱਪਰ ਅੱਤਿਆਚਾਰ ਕਮਾਉਂਦਾ ਸੀ। ਉਹਨਾਂ ਲੋਕਾਂ ਨੂੰ ਉਸ ਹੁਕਮਰਾਨ ਦੇ ਚੁੰਗਲ ਵਿੱਚੋਂ ਛਡਾਉਣਾ ਹੀ ਨਿਸ਼ਾਨਾ ਸੀ। ਇਸ ਕਰਕੇ ਮੇਰੇ ਸਤਿਗੁਰੂ ਅੰਮ੍ਰਿਤਸਰ ਨਹੀਂ ਗਏ। ਇਸ ਚੀਜ਼ ਨੂੰ ਹੁਣ ਸਮਝ ਲਿਓ। ਸੋ ਸੱਚੇ ਪਾਤਸ਼ਾਹ ਨੇ ਜੋ ਕੀਤਾ ਸਹੀ ਕੀਤਾ, ਇਹ ਫੈਸਲਾ ਉਹਨਾਂ ਦਾ ਬਿਲਕੁਲ ਕਾਬਲੇ ਤਾਰੀਫ ਹੈ, ਇਹ ਆਪਾਂ ਨੂੰ ਸਮਝ ਲੈਣਾ ਚਾਹੀਦਾ ਹੈ। ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ ਜੀ, ਔਰ ਧੰਨ ਗੁਰੂ ਗੋਬਿੰਦ ਸਿੰਘ ਜੀ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਔਰ ਲਾਈਕ ਕਮੈਂਟ ਕਰਕੇ ਆਪਣਾ ਪਿਆਰ ਜ਼ਰੂਰ ਬਖਸ਼ਿਸ਼ ਕਰਿਓ। ਅਸੀਂ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੇ ਜੀਵਨ ਨਾਲ ਰਿਲੇਟਡ ਜਿਹੜੀਆਂ ਵੀ ਜੀਵਨ ਸਾਖੀਆਂ ਨੇ ਜਾਂ ਗੁਰ ਇਤਿਹਾਸ ਹੈ ਜਾਂ ਕੋਈ ਇੱਦਾਂ ਦੇ ਸਵਾਲ ਜਵਾਬ ਨੇ, ਉਹਨਾਂ ਨੂੰ ਆਪਾਂ ਇਸ ਚੈਨਲ ਦੇ ਉੱਪਰ ਸੁਲਝਾਵਾਂਗੇ। ਸੋ ਪਿਆਰਿਓ, ਆਪਣੇ ਸੁਝਾਅ ਵੀ ਜ਼ਰੂਰ ਦਿਆ ਕਰੋ ਔਰ ਅੱਗੇ ਇਸ ਚੈਨਲ ਨੂੰ ਸਬਸਕ੍ਰਾਈਬਰ ਦੀ ਸੇਵਾ ਵੀ ਤੁਸੀਂ ਜ਼ਰੂਰ ਨਿਭਾਉਣੀ ਹੈ। ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੇ ਪਰਿਵਾਰ ਦਾ ਹਿੱਸਾ ਬਣਨਾ ਹੈ, ਇਹ ਸੇਵਾ ਤੁਸੀਂ ਜ਼ਰੂਰ ਕਰਨੀ ਹੈ। ਇੰਨੀਆਂ ਕੁ ਬੇਨਤੀਆਂ ਪ੍ਰਵਾਨ, ਬੁਲਾਓ ਫਤਿਹ, ਪਾਓ ਫਤਿਹ, ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।